ਦੀ ਨਵੀਂ ਪੀੜ੍ਹੀ ਆ, ਨਿਊ ਜਨਰੇਸ਼ਨ ਆ, ਤੁਸੀਂ ਹੋ ਬੱਚੇ ਹੋ। ਅੱਜ ਤੁਸੀਂ ਇੱਥੇ ਆਏ ਹੋ, ਘਰ ਨੂੰ ਦੇਖਿਆ, ਬਾਪੂ ਬਜ਼ੁਰਗਾਂ ਨੂੰ ਮਿਲੇ ਹੋ, ਪਰਿਵਾਰ ਬਾਰੇ ਸੁਣਿਆ ਸਾਰੀਆਂ ਗੱਲਾਂ। ਇਹ ਉਹ ਲੋਕ ਨੇ ਜਿਹੜੇ ਸਾਡੇ ਆਸ ਪਾਸ ਹੀ ਰਹਿੰਦੇ ਨੇ, ਸਾਡੇ ਆਂਢ ਗੁਆਂਢ, ਸਾਡੇ ਰਿਸ਼ਤੇਦਾਰੀਆਂ 'ਚ ਹੀ ਰਹਿੰਦੇ ਨੇ ਲੋਕ, ਪਰ ਅਸੀਂ ਉੱਥੇ ਇਹਨਾਂ ਦੀ ਹੈਲਪ ਨਹੀਂ ਕਰ ਪਾਉਂਦੇ, ਅਸੀਂ ਉੱਥੇ ਇਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ। ਤਾਂ ਹੀ ਅੱਜ ਇਸ ਤਰ੍ਹਾਂ ਦੇ ਘਰ ਬਣ ਰਹੇ ਨੇ। ਇੱਦਾਂ ਹੀ ਸਾਰੇ ਸਮਾਜ ਦੇ ਵਿੱਚ, ਸਾਡੇ ਪਿੰਡ 'ਚ, ਸਾਡੇ ਮੁਹੱਲੇ 'ਚ ਜਿਹੜੇ ਕੋਈ ਲੋਕ ਲਵਾਰਸ ਹੋ ਜਾਂਦੇ ਆ, ਉਹ ਕੌਣ ਨੇ? ਉਹ ਰਿਸ਼ਤੇਦਾਰ ਕਿੱਥੇ ਚਲੇ ਜਾਂਦੇ ਨੇ ਉਹਨਾਂ ਦੇ ਸਾਰੇ? ਬਸ ਆਪਾਂ ਉਸ ਚੀਜ਼ ਨੂੰ ਬੇਟਾ ਆਇਡੈਂਟੀਫਾਈ ਕਰਨਾ, ਜੇ ਤੁਸੀਂ ਅਵੇਅਰ ਹੋਵੋਗੇ ਸਾਡੀ ਜਿਹੜੀ ਜਨਰੇਸ਼ਨ ਨੇ ਗਲਤੀ ਕੀਤੀ ਆ, ਉਹ ਤੁਸੀਂ ਨਾ ਕਰਿਓ। ਸਾਡੀ ਜਨਰੇਸ਼ਨ ਨੇ, ਟੈਕਨੋਲੋਜੀ ਦਾ ਯੁੱਗ ਆ ਗਿਆ, ਅਸੀਂ ਇੱਕ ਲੱਤ USA 'ਚ ਰੱਖ ਲਈ ਵੈਸਟਰਨ ਕਲਚਰ 'ਚ, ਇੱਕ ਅਸੀਂ ਇੰਡੀਅਨ ਕਲਚਰ 'ਚ ਰੱਖ ਲਈ। ਮਾਂ ਪਿਓ ਆਪਣੇ ਬੱਚਿਆਂ ਨੂੰ ਇਸ ਕਰਕੇ ਇੰਨੀ ਸਾਰੀ ਉਮਰ ਮਿਹਨਤ ਕਰਕੇ ਪੜ੍ਹਾਉਂਦਾ ਵੀ ਉਹ ਖੀਰ 'ਤੇ ਆਸ਼ਰਮ 'ਚ ਰਹੇ, ਅਤੇ ਬਾਹਰ ਅੰਗਰੇਜ਼ਾਂ ਦਾ ਤਾਂ ਸਿਸਟਮ ਇੱਦਾਂ ਦਾ, 18 ਸਾਲ ਦਾ ਬੱਚਾ ਹੋਇਆ ਉਹਨਾਂ ਨੇ ਘਰੋਂ ਭੇਜ ਦੇਣਾ, ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਆ, ਉਹ ਉਮੀਦ ਹੀ ਨਹੀਂ ਰੱਖਦੇ। ਅਤੇ ਉਹਨਾਂ ਨੇ ਉੱਦਾਂ ਦੇ ਉੱਥੇ ਬਣਾਏ ਵੀ ਹੋਏ ਆ ਓਲਡ ਏਜ ਹੋਮ, ਵਧੀਆ ਜ਼ਿੰਦਗੀ ਬਤੀਤ ਕਰਦੇ ਆ ਉੱਥੇ, ਪਰ ਸਾਡੇ ਸਿਸਟਮ ਉੱਦਾਂ ਦਾ ਬਣਾਇਆ ਨਹੀਂ ਹੋਇਆ ਸੀ, ਅਤੇ ਨਾ ਹੀ ਅਸੀਂ ਉਸ ਰਾਹ ਦੇ ਪਾਉਂਦੇ ਹਾਂ, ਪਰ ਅਸੀਂ ਉਹਨਾਂ ਦੀ ਰੀਸ ਕਰਦੇ ਹਾਂ। ਰੀਸ ਅਜੇ 5-10% ਹੀ ਲੋਕ ਕਰਦੇ, ਸਾਰੇ ਨਹੀਂ ਕਰਦੇ, ਪਰ ਉਹ 10% ਲੋਕ ਜਿਹੜੇ ਰੀਸ ਕਰਦੇ ਆ, ਉਹਨਾਂ ਨੂੰ ਦੇਖ ਕੇ ਕਈ ਇੱਦਾਂ ਦੇ ਜਿਹੜੇ ਅੱਧ ਵਿਚਾਲੇ ਜੇ ਆ, ਨਾ ਉਹ ਹਾਂ ਕਰਨ ਜੋਗੇ ਨਾ ਨਾ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸ਼ੈਲਟਰ ਨਹੀਂ ਬਣਨੇ ਚਾਹੀਦੇ। ਸਾਨੂੰ ਲੋਕ ਐਪਰੀਸ਼ੀਏਟ ਕਰਦੇ ਆ, ਪਰ ਪਹਿਲਾਂ ਸਾਨੂੰ ਵੀ ਬੜਾ ਚੰਗਾ ਲੱਗਦਾ ਸੀ, ਪਿਛਲੇ 3-4 ਸਾਲਾਂ ਤੋਂ ਸਾਨੂੰ ਇਸ ਗੱਲ ਦੀ ਸਮਝ ਆਈ ਵੀ ਇੱਦਾਂ ਦੇ ਘਰਾਂ ਦੀ ਲੋੜ ਨਹੀਂ ਪੰਜਾਬ ਨੂੰ, ਇਹ ਬੰਦ ਹੋ ਜਾਣੇ ਚਾਹੀਦੇ ਇੱਦਾਂ ਦੇ ਘਰ। ਜੇ ਬਣਨ ਇੱਥੇ ਐਜੂਕੇਸ਼ਨ ਸੈਂਟਰ ਬਣੇ ਜਿੱਥੇ ਫ੍ਰੀ 'ਚ ਐਜੂਕੇਟ ਕਰੀਏ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਜਾਂ ਇੱਥੇ ਕੋਈ ਹੋਸਪਿਟਲ ਬਣੇ ਜਿੱਥੇ ਫ੍ਰੀ ਦੇ ਵਿੱਚ ਟ੍ਰੀਟਮੈਂਟ ਹੁੰਦਾ ਹੋਵੇ, ਡਾਇਗਨੋਸ ਹੁੰਦਾ ਹੋਵੇ, ਲੋੜ ਬਿਮਾਰ ਹੋਣ ਤੋਂ ਪਹਿਲਾਂ ਹੀ ਬਿਮਾਰੀ ਦਾ ਪਤਾ ਲੱਗ ਜਾਵੇ, ਸਾਡੀਆਂ ਮਾਵਾਂ ਦੇ ਭੈਣਾਂ ਦੇ ਬ੍ਰੈਸਟ ਕੈਂਸਰ ਨਾ ਹੋਣ, ਉਹਨਾਂ ਦੇ ਹਾਲਾਤ ਇੱਦਾਂ ਦੇ ਨਾ ਬਣਨ ਵੀ ਛੋਟੀ ਜਿਹੀ ਬਿਮਾਰੀ ਤੋਂ ਉਹ ਤੜਫ ਕੇ ਮਰਨ। ਪਰ ਬੜੀ ਦੁੱਖ ਦੀ ਗੱਲ ਆ, ਸਾਨੂੰ ਅੱਜ ਪੰਜਾਬ 'ਚ ਇੱਦਾਂ ਦੇ ਆਸ਼ਰਮ ਬਣਦੇ ਦਿਖਦੇ ਆ, ਲੋੜ ਆ, ਕਿਉਂਕਿ ਲਵਾਰਸ ਬਹੁਤ ਹੁੰਦੇ ਜਾ ਰਹੇ ਆ, ਪਰ ਇਹ ਆਸ਼ਰਮ ਹੱਲ ਨਹੀਂ ਹੈਗਾ। ਸਾਡੇ ਕੋਲ ਅੱਜ 700 ਮੈਂਬਰ ਰਹਿ ਰਿਹਾ, ਇੱਕ ਦਿਨ ਅਸੀਂ ਹੋ ਸਕਦਾ ਆਉਣ ਵਾਲੇ 5-7 ਸਾਲਾਂ ਤੱਕ 7000 ਬੰਦੇ ਦੀ ਕਪੈਸਿਟੀ ਵੀ ਬਣਾ ਲਈਏ, ਪਰ ਫਿਰ ਕੀ ਲੋੜਵੰਦ ਲੋਕ ਸੜਕਾਂ 'ਤੇ ਨਹੀਂ ਹੋਣਗੇ? ਫਿਰ ਕੀ ਲਵਾਰਸ ਖਤਮ ਹੋ ਜਾਣਗੇ? ਨਹੀਂ, ਲਵਾਰਸ ਤਾਂ ਹੋਰ ਵਧੀ ਜਾ ਰਹੇ ਨੇ, ਅਤੇ ਉਹਨਾਂ ਨੂੰ ਲਵਾਰਸ ਹੋਣ ਤੋਂ ਰੋਕਣ ਲਈ ਇੱਕੋ ਹੀ ਹੱਲ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਅਵੇਅਰ ਕਰੀਏ। ਤੁਹਾਨੂੰ ਜਿਹੜੀ ਗਲਤੀ ਅਸੀਂ ਕੀਤੀ ਉਹ ਤੁਹਾਨੂੰ ਗਲਤੀ ਕਰਨ ਨਾ ਦੇਈਏ। ਤੁਸੀਂ ਬਹੁਤ ਆਪਣੇ ਮਾਂ ਬਾਪ ਦੀ ਇੱਜ਼ਤ ਕਰਨੀ ਹੈ, ਸੇਵਾ ਕਰਨੀ ਆ, ਉਸ ਹਰ ਇੱਕ ਰਿਸ਼ਤੇਦਾਰ ਦੀ ਜਿਹੜਾ ਡਿਪੈਂਡੈਂਟ ਆ, ਜਿਹਨੂੰ ਲੋੜ ਆ ਤੁਹਾਡੀ, ਹੋ ਸਕਦਾ ਉਹ ਦੂਰ ਦਾ ਰਿਸ਼ਤੇਦਾਰ ਹੋਵੇ, ਥੋੜ੍ਹਾ ਅਵੇਅਰ ਕਰਨ ਦੀ ਲੋੜ ਆ। ਪੰਜਾਬ ਦੇ ਵਿੱਚ ਸਰਕਾਰੀ ਸਕੂਲ 'ਚ ਫ੍ਰੀ ਆਫ ਕੋਸਟ ਸਟੱਡੀ ਆ, ਜੇ ਪ੍ਰਾਈਵੇਟ 'ਚ ਨਹੀਂ ਤਾਂ ਸਰਕਾਰੀ 'ਚ ਲੱਗ ਹੀ ਸਕਦੇ ਆ ਨਾ, ਉੱਥੇ ਯੂਨੀਫਾਰਮ ਵੀ ਮਿਲਦੀ ਆ, ਬੁੱਕਸ ਵੀ ਮਿਲਦੀਆਂ, ਇੱਕ ਟਾਈਮ ਦਾ ਖਾਣਾ ਵੀ ਮਿਲਦਾ, ਪਰ ਕੋਈ ਬੱਚਾ ਪੜ੍ਹਾਈ ਤੋਂ ਬਿਨਾਂ ਨਾ ਰਹਿਣ ਦਿਓ, ਕੋਸ਼ਿਸ਼ ਕਰਿਆ ਕਰੋ। ਇੱਕ ਜਦੋਂ ਆਪਣੇ ਪਰਿਵਾਰ ਦੇ ਨਾਲ ਤੁਸੀਂ ਗੱਡੀ 'ਚ ਬੈਠ ਕੇ ਕਿਤੇ ਜਾਂਦੇ ਹੋ ਤਾਂ ਸਿਗਨਲ ਦੇ ਉੱਤੇ ਜਿਹੜੇ ਬੱਚੇ ਭੀਖ ਮੰਗਦੇ ਹੁੰਦੇ ਆ,
ਉਹਨਾਂ ਨੂੰ ਭੀਖ ਦੇਣਾ ਵੀ ਗਲਤ ਗੱਲ ਆ, ਗੁਨਾਹ ਵਾ। ਪੈਸੇ ਦੇਣਾ ਬੈਗਰਸ ਨੂੰ, ਹੋਰ ਜ਼ਿਆਦਾ ਬੜਾਵਾ ਦੇਣਾ ਉਹਨਾਂ ਗ੍ਰਹਿ ਦੇ ਲੋਕਾਂ ਨੂੰ, ਹੋਰ ਬੜਾਵਾ ਦੇਣਾ ਜਿਹੜੇ ਇੱਦਾਂ ਦੇ ਬੱਚਿਆਂ ਨੂੰ, ਹੁਣ ਦਿੱਲੀ ਬੰਬੇ ਤੋਂ ਬੱਚੇ ਜਿਹੜੇ ਚੱਕੇ ਜਾਂਦੇ ਆ ਉਹ ਪੰਜਾਬ, ਉਹਨਾਂ ਨੂੰ ਭੇਜ ਦਿੱਤਾ ਜਾਂਦਾ ਭੀਖ ਮੰਗਣ ਲਈ। ਬਹੁਤ ਵੱਡਾ ਇਹਨਾਂ ਪਿੱਛੇ ਇੱਕ ਸਕੈਂਡਲ ਕੰਮ ਕਰਦਾ, ਪਰ ਸਾਡਾ ਸਿਸਟਮ, ਸਾਡਾ ਹੀ ਸਰਕਾਰਾਂ ਰਲਿਆ ਹੋਇਆ ਸਾਰਾ ਕੁਛ, ਕਿਉਂਕਿ ਪੈਸਾ ਬਹੁਤ ਜ਼ਿਆਦਾ ਇਹਦੇ 'ਚ। ਪਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਜਦੋਂ ਆਪਾਂ ਉਹਨਾਂ ਨੂੰ ਡਰਾਈ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਤੂੰ ਪੜ੍ਹਦਾ ਕਾਹਤੋਂ ਨਹੀਂ, ਸਕੂਲ ਕਾਹਤੋਂ ਨਹੀਂ ਜਾਂਦੀ ਕੁੜੀਏ, ਪੁੱਛੋ ਤੁਸੀਂ ਉਹਨਾਂ ਨੂੰ, ਤਾਂ ਉਹ ਤੁਹਾਡੇ ਤੋਂ ਪਰੇ ਭੱਜ ਜਾਣਗੇ। ਜਿਹਦੀ ਜੇ ਤੁਸੀਂ ਉਹਦੀ ਫੋਟੋ ਖਿੱਚੋਗੇ ਤਾਂ ਵੀ ਉਹ ਮੂੰਹ ਲੁਕਾਉਣਗੇ, ਉਹਨਾਂ ਨੂੰ ਟ੍ਰੇਨਡ ਇਸ ਤਰੀਕੇ ਨਾਲ ਕੀਤਾ ਹੋਇਆ ਵਾ, ਤੁਸੀਂ ਫੋਟੋ ਨਹੀਂ ਖਿੱਚਣ ਦੇਣੀ ਆਪਣੀ। ਇਸ ਤਰ੍ਹਾਂ ਦੇ ਲੋਕ ਕੰਮਾਂ ਲਈ ਤੁਸੀਂ ਅਵੇਅਰ ਹੋਵੋ। ਆਪਣੇ ਕੋਲ ਪਰਿਵਾਰ ਦੇ ਵਿੱਚ ਪੁੱਤ ਬਹੁਤ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਵੀ ਨਹੀਂ ਸਕਦਾ। ਕੀੜੇ ਕਿਸੇ ਦੇ ਸਿਰ 'ਚ ਪਏ ਹੋਏ, ਕਿਸੇ ਦੇ ਲੱਤ 'ਚ, ਕਿਸੇ ਦੀਆਂ ਅੱਖਾਂ 'ਚ, ਕਿਸੇ ਦੇ ਮੂੰਹ 'ਚ। ਤਾਂ ਇਹ ਲੋਕ ਇੱਥੇ ਅੰਦਰ ਕਿਉਂ ਆਏ, ਇਹਨਾਂ ਦੀ ਉੱਥੇ ਮਦਦ ਕਿਉਂ ਨਹੀਂ ਹੋਈ, ਇਹ ਇੱਕ ਸਵਾਲ ਆ। ਅੱਜ ਤੁਸੀਂ ਇੱਥੇ ਆਏ ਹੋ ਇਸ ਸਵਾਲ ਨੂੰ ਆਪਣੇ ਅੰਦਰੋਂ ਲੱਭਣਾ। ਕਮੀ ਸਾਡੇ 'ਚ ਹੀ ਆ, ਚੇਂਜਸ ਸਾਨੂੰ ਹੀ ਕਰਨਾ ਪੈਣਾ ਆਪਣੇ ਆਪ 'ਚ ਹੀ। ਤਾਂ ਤੁਸੀਂ ਅੱਜ ਇੱਥੇ ਆਏ ਹੋ, ਇੱਕ ਆਪਣੇ ਆਪ ਨਾਲ ਪ੍ਰਣ ਕਰੋ ਵੀ ਤੁਸੀਂ ਅੱਗੇ ਤੋਂ ਕਿਸੇ ਲੋੜਵੰਦ ਦੀ ਹੈਲਪ ਕਿਸ ਤਰੀਕੇ ਨਾਲ ਕਰਨੀ ਹੈ, ਉਹਦੇ ਬਾਰੇ ਤੁਸੀਂ ਜ਼ਰੂਰ ਸੋਚੋਗੇ। ਆਪਣੇ ਮਾਂ ਬਾਪ ਨੂੰ ਵੀ ਜ਼ਰੂਰ ਟੋਕੋਗੇ, ਅਵੇਅਰ ਕਰੋਗੇ ਉਹਨਾਂ ਨੂੰ। ਇਸ ਕਰਕੇ ਤੁਹਾਡੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਮੈਨੂੰ ਸਾਡੇ ਟੀਮ ਦੇ ਮੈਂਬਰ ਆਈਪੈਡ ਫੜਾ ਕੇ ਗਏ ਆ, ਪਰ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਨਹੀਂ ਸਕਦਾ ਬੱਚਿਓ, ਕਿਉਂਕਿ ਇਹ ਤਸਵੀਰਾਂ ਦੇਖਣ ਤੋਂ ਬਾਅਦ ਤੁਹਾਡੇ ਅੰਦਰ ਬਹੁਤ ਦਿਨ ਉਹ ਤਸਵੀਰਾਂ ਦੀ ਪਿਕਚਰਾਈਜੇਸ਼ਨ ਹੈ ਜਿਹੜੀ ਚੱਲਦੀ ਰਹੂਗੀ। ਤੁਹਾਡੇ ਹਜੇ ਬੜੇ ਛੋਟੇ ਮਨ ਆ, ਤੁਹਾਡੇ ਦਿਲ ਦੇ ਉੱਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਬਹੁਤ ਗਲਤ ਛਾਪ ਛੱਡਣਗੀਆਂ। ਪਰ ਤੁਸੀਂ ਸੋਚਿਆ ਜ਼ਰੂਰ ਵੀ ਇਸ ਤਰ੍ਹਾਂ ਦੇ ਲੋਕ ਤੁਹਾਡੇ ਆਸ ਪਾਸ ਹੀ ਰਹਿੰਦੇ ਆ, ਅਸਲ ਤਸਵੀਰ ਤੁਹਾਡੇ ਆਸ ਪਾਸ ਹੀ ਆ। ਉਹਨੂੰ ਉੱਥੇ ਪਹਿਚਾਣੋ, ਉੱਥੇ ਹੀ ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਇੱਥੇ ਆਉਣ ਦੀ ਲੋੜ ਨਾ ਪਵੇ। ਠੀਕ ਹੈ ਬੱਚਿਓ, ਪੱਕੀ ਗੱਲ ਆ, ਬਸ ਠੀਕ ਆ ਪੁੱਤ, ਧਿਆਨ ਰੱਖਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।